अस्सलाम वालेकुम रहमतुल्लाहि व बरकातुहू। जनाब तको उर्दू ना थोड़ा तल्लुक कोई नहीं ते बासा सा अपनी जबाना च बुझने ले महसूस होसन। चलो कुसा की समझ लगसी ना एवे उन बंदा उर्दू नहीं लगदा मुंह बसीके कते क्या करे ते एक काम इस तरह नहीं गल बोने बोने कोई ना कोई हां ते बंदा थेड़ी जाना ला बंदा थेड़ी जाना उला लोग जेड़ा सुन पे आने पे जदों ने आलू तक कोई ना नहीं। हां ते डॉक्टर साहब ना फिर तो मारी रहे हां मौसम स्याले ला दा कोट बहुत बड़े बड़े मारे हुए है किसम ने सींज बहु आ ते अल्लाह तुसना भला करे खटारा ही टकियां लगे हुए ते जुलने आ सरदार अतशाम साहब अलमरूफ किसा जमाने ने बादल उन्होंने मुलाकात मारे जुलने आ सीईओ बादल ग्रुप। चलो ग्रुप तो नहीं चली सकया पर वो चलने अजे तक ते चलने थी क्या मराद ही थोड़ी यो आके हुन ਬਹੁਤ ਵੀ ਜਿਹੜਾ ਉਹਨਾਂ ਤੋਂ ਪਤਾ ਕਮਜ਼ੋਰ ਬੰਦੇ ਆ ਜੋਨੀ ਸ਼ੋਨੀ 'ਚ ਕੋਈ ਨਾ ਅਤੇ ਟਿਕਲਾ ਜਿਹੜਾ ਆਈਆਂ ਕਰਨਾ ਪੈਣਾ ਨਾ ਇਹ ਕੰਮ ਖਰਾਬ ਆ ਕੱਟੀ ਜਾਣੇ ਆ ਅਤੇ ਜੇ ਕੋਈ ਡਿੰਗੇ ਫਿੱਡੇ ਸ਼ਨੇ ਆਉਂਦਾ ਚਲੋ ਬਰਦਾਸ਼ਤ ਕਰਿਆ ਸਿਰ ਆਪਣਾ ਪੂਰਾ ਹੋਣ ਹਾਂਜੀ ਸਿਰ ਜੀ ਦਫਾ ਕਰੋ ਜੀ ਹੁਣ ਜੇ ਬਹੁਤ ਆਈਆਂ ਕਰਨਾ ਸਿਰ ਵਾਲਾ ਕੰਮ ਰੋਲੇ ਜਾਣਾ ਅੱਜ ਕੱਲ੍ਹ ਤੱਕੋ ਸਾਡੇ ਲੋਕ ਜਿਹੜੇ ਕੋਈ ਇਸ ਤਰ੍ਹਾਂ ਦਾ ਕੰਮ ਕਰਨਾ ਸੋਸ਼ਲ ਮੀਡੀਆ ਦਾ ਆਉਣਾ ਇਹ ਪਾਗੁਲ ਆ ਬੜੀ ਕੰਮੇ ਨਹੀਂ ਪਾਈ ਮੈਂ ਸੋਚਿਆ ਬਹੁਤ ਪਤਾ ਦੇ ਅੱਜਕੱਲ੍ਹ ਜਿਹੜਾ ਉਹ ਹੁਣ ਡਾਕਟਰ ਦੋ ਮਿੰਟ ਪਹਿਲਾਂ ਬੋਨੇ ਸੀ ਹੁਣ ਪੈਸੇ ਉਹਨਾਂ ਨੇ ਹੁਣ ਡਾਲਰਾਂ ਦਾ ਦੌਰ ਆ ਅਤੇ ਉਹਨੇ ਨਾ ਕਿ ਪਤਾ ਨਹੀਂ ਹੁਣ ਮੈਨੂੰ ਕੋਈ ਖਾਸੀ ਯਾਦ ਨਹੀਂ ਦੇ ਵਾਲਾ ਮਿਸਾਲ ਜੀ ਲੇਕਿਨ ਉਹਨਾਂ ਨੇ ਕਿ ਹਾਰਡ ਵਰਕ ਨਾਲੋਂ ਨਾ ਸਮਾਰਟ ਵਰਕ ਬਿਹਤਰ ਰਹਿਣਾ ਕਿ ਕੰਮ ਟੈਕਨੀਕ ਨਾਲ ਕਰਨਾ ਚਾਹੀਦਾ ਅਤੇ ਨਿੱਕੇ 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 ਕੰਮ ਕਰਨੇ ਰਿਹਾ ਕਰੋ ਸੋਸ਼ਲ ਮੀਡੀਆ ਦੇ ਥਰੂ ਇੱਕ ਤਾਂ ਇਹ ਆ ਕਿ ਬੰਦੇ ਨੇ ਅਰਨਿੰਗ ਸ਼ੁਰੂ ਹੋਣ ਪੈਣੀ ਸਿਸਟਮ ਠੀਕ ਹੋਣ ਪੈਣਾ ਦੂਆ ਯੋ ਆ ਕਿ ਇੱਕ ਬੰਦਾ ਇੱਕ ਆਪਣੀ ਦੁਨੀਆ 'ਚ ਮਸਤ ਰਹਿਣਾ ਤਾਂ ਚੰਗੀ ਮੰਦੀ ਕੋਲ ਬੰਦਾ ਦੂਰ ਰਹਿਣਾ ਬਾਕੀ ਯੋ ਆ ਕਿ ਅਸਾਂ ਤੁਸਾਂ ਕੀ ਦੱਸਣੇ ਆ ਥੋੜ੍ਹਾ ਜਿਹਾ ਇਹ ਢੱਕੀ ਜੀ ਉੱਪਰ ਚੜ੍ਹੀ ਜੀ ਨਾ ਤਾਂ ਫਿਰ ਤੁਸਾਂ ਕੀ ਕੱਲ੍ਹ ਨਜ਼ਾਰਾ ਦੱਸਾਂ ਥੋੜ੍ਹਾ ਜਿਹਾ ਤੁਸਾਂ ਕੀ ਢੱਕ ਗਿਆ ਨਜ਼ਾਰਾ ਦੱਸਾਂ ਪਰ ਉਹ ਮੋਡਲੀ ਨੇ ਇਕੱਠੇ ਦੱਸਾਂ ਫਿਰ ਤੁਸੀਂ ਜਿਸ ਬੰਦੇ ਕੋਲ ਜੁਲਨੇ ਹੋ ਉਸ ਨਾਲ ਹਾਂ ਫਿਰ ਜਿਸ ਬੰਦੇ ਕੋਲ ਜੁਲਨੇ ਹੋ ਬੜੀ ਸ਼ਖਸੀਅਤ ਹੀ ਉਹ ਬੜੀ ਹਸਤੀ ਹਨ ਆਪਣੇ ਦੌਰ ਨੇ ਨਾਲ ਸ਼ੇਅਰ ਵੀ ਸੀ ਫਰੀਦ ਸਾਹਿਬ ਉਹਨਾਂ ਨਾਲ ਗੱਪਸ਼ਪ ਮਾਰਸਾਂ ਅਸਲ ਵਿੱਚ ਤੁਸੀਂ ਆਹੀ ਸਕਨੇ ਕਿ ਅਸਾਂ ਬਚਪਨ ਦੇ ਸਾਥੀ ਆ ਤੇ ਮਨ ਤਾਂ ਕਰਨ ਲਈ ਕੋਈ ਜੋ ਮਰਜ਼ੀ ਗੂੰਜ ਹੈ ਬਹੁ ਅਰਸੇ ਬਾਅਦ ਜਿਹੜਾ ਨਾ ਅਸਾਂ ਮੁਲਾਕਾਤ ਹੋਸੀ ਸਾਥ ਮੀ ਬਹੁ ਜੁੜੀ ਗਿਆ ਤੇ ਗਰੋਏ ਨੇ ਬੰਦੇ ਗੂੰਜ ਨੇ ਤੇ ਇਹ ਹੈ ਕਿ ਉਹ ਮੀ ਇੱਥੇ ਹੱਸੂਨ ਮੈਂ ਸਾ ਦੋ ਮਿੰਟ ਜੋਗੀ ਫਿਰ ਬਾਸੋ ਚਲੋ ਜੀ ਤੱਕੋ ਇਸ ਦੌਰ ਵਿੱਚ ਅਸਾਂ ਮੈਂ ਡਾਕਟਰ ਨੂੰ ਪੁੱਛਣਾ ਕਿ ਸੂਏ ਰੰਗਲੀ ਮਾਰਾਂ ਜਾਂ ਕਾਲੇ ਰੇ ਦੁਬਾਰਾ ਚਲਸੀ ਤੱਕੋ ਜੀ ਇਹ ਜਿਹੜਾ ਯੋ ਇਕੱਠਾ ਆ ਯੋ ਪਰਲਾ ਇਸ ਕੀ ਮੋਟਲੀ ਆਹ ਨੇ ਉਹ ਪਰਲਾ ਕੋਟ ਆ ਜੀ ਜੀ ਇਹ ਬੁਨ ਅੱਲਾ ਸਾਂ ਭਲਾ ਕਰਿਆ ਤਾਂ ਕਾਲਸਾ ਨਹੀਂ ਹੈ ਗਲੀ ਇਹ ਸਾਡੇ ਇਹਨਾਂ ਠੋਲਾਂ ਵਿੱਚੋਂ ਬਚਪਨ ਗੁਜ਼ਰਿਆ ਤਾਂ ਜਵਾਨੀ 'ਚ ਅਸਾਂ ਇੱਧਰ ਹੈ ਜੀਆਂ ਲੀਰਾਂ ਕੱਥੇ ਖਾਉਂਦੇ ਹਾਂ ਤੇ ਡਾਕਟਰ ਜੀ ਅੱਗੇ ਛੋ ਇਹ ਕੁਛ ਨੇ ਕੋਠਿਆ ਜੀ ਇਹ ਜੀ ਕੋਈ ਨਵੀਂ ਬਿਲਡਿੰਗ ਤਿਆਰ ਹੋਣੀ ਪਈ ਇਹ ਸਾਡੇ ਏਰੀਏ ਵੀ ਤੁਸੀਂ ਚੈੱਕ ਕਰ ਸਕਦੇ ਹੋ ਕਿਤਨਾ ਖੂਬਸੂਰਤ ਜੰਗਲ ਔਰ ਪੁਰਸਕੂਨ ਫਿਜ਼ਾ ਆਈ ਸ਼ਹਿਰ ਨਹੀਂ ਟੋਂ ਟੂੰ ਕੋਲੋਂ ਅਸਾਂ ਬਹੁਤ ਜ਼ਿਆਦਾ ਦੂਰ ਆ ਹੀ ਸਕਦੇ ਹਾਂ ਇੱਕ ਆਪਣੀ ਜ਼ਿੰਦਗੀ ਇੱਕ ਆਪਣੀ ਇੰਜੋਇਮੈਂਟ ਉਸ ਵਿੱਚ ਗੁਜ਼ਾਰੇ ਰਹੇ ਹਾਂ ਡਾਕਟਰ ਜੀ ਤੁਹਾਡਾ ਕੈਮਰਾ ਸਾਰਾ ਹੀ ਮਾਰੋ ਤਾਂ ਕਿ ਅਸਾਂ ਨਜ਼ਰ ਆਵਾਮ ਕੀ ਪਤਾ ਲੱਗਿਆ ਕਿ ਵਲੋਗਿੰਗ ਪਤਾ ਲੱਗਿਆ ਜੀ ਕਿ ਇਸ ਏਰੀਏ 'ਚ ਸਾਡਾ ਬਚਪਨ ਗੁਜ਼ਰਿਆ ਹਾਂਜੀ ਇਹਨਾਂ ਰਹਾਂ ਡਾਕਟਰ ਜੀ ਅਸਾਂ ਪੜ੍ਹਦੇ ਸਕੂਲਾਂ ਗਏ ਆ ਜੀ ਜੀ ਸਕੂਲਾਂ ਜਿਹੜੇ ਪੜ੍ਹਿਆ ਸੋਰੀ ਪੜ੍ਹਦੇ ਸਕੂਲਾਂ ਨਾਲ ਗਏ ਹਾਂ ਬਿਲਕੁਲ ਠੀਕ ਹੈ ਜੀ ਹੁਣ ਇਸ ਤਰ੍ਹਾਂ ਆ ਕਿ ਅਸਾਂ ਜਿਹੜਾ ਆ ਉਹ ਸਫੂਰ ਆਪਣਾ ਰਵਾਂ ਦਵਾਂ ਰੱਖਿਆ ਵਾ ਤੇ ਡਾਕਟਰ ਨੇ ਕੈਮਰੇ ਨੇ ਵੀ ਨਹੀਂ ਸਮਝ ਲੈਣੀ ਤੇ ਤੁਸੀਂ ਮਾਇਆ ਮਾਰਨੇ ਰਹੋ ਡਾਕਟਰ ਨੇ ਕੈਮਰੇ ਨੇ ਵੀ ਨਹੀਂ ਸਮਝ ਲੈਣੀ ਕਿ ਕਿਸ ਤਰ੍ਹਾਂ ਕਿਸਾ ਲੱਗ ਸੀ ਕਿ ਚੱਕਰ ਉਸ ਅੱਛਾ ਤੁਸੀਂ ਨਾਲ ਆਪਣੀ ਫਲਸਫੀ ਥੋੜੀ ਸੁਣਾਉਣੇ ਰਹੋ ਨਾ ਫਲਸਫੀ ਤੁਸੀਂ ਜੀ ਮੈਂ ਆਈ ਕਿਸ ਮਤਲਬ ਮੋ ਤੁਸੀਂ ਆ ਗੱਲ ਦੱਸੋ ਆ ਬਾਤ ਤੁਸੀਂ ਜਿਹੜੀਆਂ ਕੋਈ ਗੱਲਾਂ ਕੋਈ ਦੇਨੇ ਚਸ਼ਨੀਆਂ ਉਹ ਸ਼ੁਰੂ ਕਰੀ ਜੀ ਨਾ ਬਾਰੇ ਦੇਨੇ ਦੱਸੀ ਪਤਾ ਸ਼ਿਕਾਰ ਲਈ ਗੱਲ ਤੁਸੀਂ ਆਹੀ ਸਕਦੇ ਹੋ ਜੀ ਕਿ ਸ਼ਿਕਾਰ ਅਸਾਂ ਸਾਡੇ ਵਸਿਆ ਨਾਲ ਬੇਸਿਕਲੀ ਰੋਗ ਨਹੀਂ ਕਰਨੇ ਸ਼ਿਕਾਰ ਮੈਂ ਬਹੁਤ ਮੌਂਦਾ ਰਾਤੀ ਇਹ ਹਕੀਮ ਹੋਰ ਨੇ ਦਵਾਈਆਂ ਖਾਧੀਆਂ ਸੀ ਹੁਣ ਇਸ ਜਿਹਾ ਭੁੱਖ ਠੀਕ ਲੱਗ ਸੀ ਅੱਛਾ ਭੁੱਖ ਐਸੀ ਲਵਾਈ ਕਿ ਬਾਹਰ ਆਉਣਾ ਸ਼ੁਰੂ ਹੋਈ ਗਿਆ
बेसिकली हम अपनी एंजॉय करने हैं छुट्टी। बिल्कुल जी दबित है जिंदगी आने ना कितनी रीकी दी छुट्टी आखिर इधर मारसो कोरा कोरा हसना तेरे मसवाक ही मारने हैं सिया ते आई वो यादा ताजा करसो। लेकिन तो संभव बड़ा मसवाक मार रहे हो जी अपने अपने जसन जी क्या करने हो अगवली जड़ी है वो लगी रहा। अच्छा अगवली करना चाहने हो हैं ये जिंदगी ने कुछ दो है। अच्छा जी एक गल दसो जी जी ये जड़े ऊपर एरिए ठंडे एरिए हां रावला कोट हो गया बाग इधर लोगों ज्यादा चादरों वाले मकान के बनाए हुए सारी उसने वजह ही ना। अच्छा वो मौसम थोड़ा जगह थोड़ी हाइट हो रही है जी बर्फबारी शुरू होने हां वेरी गुड जे लैंडरी मकान है बाहर से तो खाली रहनी रुनी नहीं फिर वो मोड़ी मकानों की नुकसान होना बिल्कुल जी किस तरह फिर इन्हें समझो के दोरी दोरी एफर्ट करनी पैनी इस गला उन अथा तो नहीं बर्फ पैनी लेकिन ये ठीक है। लेकिन एक और गल दसो। अच्छा एक गल दे बचपन ही अपनी एक और याद सा दसो जी आई वेशना एक भाई और से मैं नाल हूं उन्होंने मैं गल बनो यो आया दे के जिथे भी बड़ियां 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 इमारतां या बड़ियां बड़ियां कोठियां या जिधर तुम आई सकने हो कि बड़ियां बड़ियां हवेलियां बनती हैं बेसिकली साढ़े कश्मीर च कल्चर ज्यादा है कोठियां वाला उत्थे रहने मारे बंदा कोई नहीं दे बंदा कोई नहीं आखी कुत्ती ओ कुत्ते बदे उसून कुत्ते बदे या वाला मन नगर या कोई बंदा उन्होंने रखा सी खोल दे उसकी आवाज बंदे लोगों ने रखा होना ने पैसे कोलू दे रखने ते जिथे ये तक पुराने मकान उसून चादरों ने मिट्टी ने कोई उसे शामी जी अग बली दे घर आले बहने मजलूस लगनी उसने कोई अपना एक सुरूर दे। अच्छा इन्हें चीड़ा ने कखीरिया ने बारे जी असाने नजरीन की दसो के ये भी असा निकिया चुनी दाने रहे हां कखीरे से मैं मदर स्टोरी सुनाऊं दे असा होने वाकन ते वो बने से सर्दी से पिंदा बारिश वगैरह से गए जो। अच्छा बारिश वगैरह हुई तो उन्होंने कहा कि ताकि टीना च अग बाले ना अच्छा वो कोई चार पांच चीड़ा लाई हुई है ना। ਗ੍ਰਾਨੀ ਜ਼ਿੰਦਗੀ ਬੜੀ ਸੋਹਣੀ ਜੀ ਬੜੀ ਪਿਆਰੀ ਜ਼ਿੰਦਗੀ ਹੈ ਬਹੁਤ ਪਿਆਰੀ ਜ਼ਿੰਦਗੀ ਹੈ ਜੀ ਉਸਤਾਦ ਜੀ ਇਸ ਐਡਵਾਂਸ ਦੌਰ ਵਿੱਚੋਂ ਜਿਹੜਾ ਜੋ ਇਤਨੀ ਸਪੀਡ ਨਾਲ ਜੁੜਨਾ ਇਸ ਦੌਰ ਵਿੱਚੋਂ ਖਲੂਸ ਨਈ ਚੀਜ਼ ਖਤਮ ਹੋ ਗਈ ਖਤਮ ਹੋ ਗਈ ਲੋਕਾਂ ਵਿੱਚ ਆਪਸ ਵਿੱਚ ਖਲੂਸ ਨਈ ਚੀਜ਼ ਖਾਸ ਕਰੀ ਤੇ ਸ਼ਹਿਰਾਂ ਵਿੱਚ ਇਹ ਸਿਸਟਮ ਬਹੁਤ ਖਤਮ ਹੋ ਗਿਆ ਦੇ ਆਈ ਨੂੰ ਹਿਸਾਬ ਲਾਈਆ ਜੀ ਕਿ ਸ਼ੋਮ ਮੋਤ ਐਸਾ ਸਮਝੋ ਕਿ ਰੋਟੀ ਜਰੀ ਇਕੱਠਿਆਂ ਖਾਣੇ ਨਹੀਂ ਸੀ ਆਈ ਆ ਕੰਡੀਸ਼ਨ ਆਈ ਥੀ ਕਿ ਉਹਨਾਂ ਆਇਆ ਮਸ਼ਕੇ ਹਫਤਾ ਹੋਣੇ ਲਾਇਆ ਇਹ ਗੱਲੀ ਤੇ ਮੈਂ ਕਿ ਆਈ ਮੌਕਾ ਲਗਾ ਉਹਨਾਂ ਨਾਲ ਮਿਲਨੇ ਸੇ ਇਹ ਗੱਲੀ ਇਸ ਵਿੱਚ ਮੈਂ ਇਹ ਗੱਲ ਬਾਈ ਸਕਣਾ ਕਿ ਬਸ ਗੈਰ ਜ਼ਰੂਰੀ ਮਸਰੂਫੀਅਤ ਜਿਹੜੀ ਜ਼ਿੰਦਗੀ ਅਸਾਂ ਜਿਤਨੀ ਉਸ ਲਗਜ਼ਰੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਨਾ ਜੀ ਜੀ ਉਸ ਵਿੱਚ ਸਾਰਾ ਮਾਮਲਾਤ ਉਤਨੇ ਖਰਾਬ ਹੋਣੇ ਖਰਾਬ ਹੋਣੇ ਜਣੇ ਬੇਸਿਕਲੀ ਅਸਾਂ ਆਪਣੇ ਜਿਹੜੀ ਆ ਜਿਸ ਕੀ ਆਖਨੇ ਸਕਾਫਤ ਕਲਚਰ ਭੁੱਲੀ ਗਏ ਉਹ ਬਹੁਤ ਦੂਰ ਹੋਈ ਗਏ ਹਾਂ ਕਿਤਨੀ ਕਮ ਨਹੀਂ ਗੱਲ ਕੀਤੀ ਅਸਾਂ ਅਹਿਸਾਸ ਨਹੀਂ ਰਿਹਾ ਜੀ ਜੀ ਬਿਲਕੁਲ ਇਹ ਗੱਲ ਹੀ ਔਰ ਕੁਛ ਅਸਾਂ ਇਹ ਵੀ ਐਸੇ ਨੇ ਕਿ ਸੋਸ਼ਲ ਮੀਡੀਆ ਨਾਲ ਵੀ ਅਸਾਂ ਕਿਰਦਾਰ ਆ ਜੀ ਹਾਂ ਅਸਾਂ ਜ਼ਿਆਦਾਤਰ ਨਾ ਬੰਦੇ ਨਾਲ ਰਾਮ ਕਲਾਮ ਸੋਸ਼ਲ ਮੀਡੀਆ ਰੋਣੇ ਦੀ ਕੋਸ਼ਿਸ਼ ਕਰਨੇ ਆ ਹਾਲਾਂਕਿ ਅਸੀਂ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਆਈ ਹੈ ਗੱਲ ਹੀ ਇਨਸਾਨੀ ਜਿਹੜਾ ਹੋਣ ਆ ਨਾ ਹੁਣ ਤੁਸੀਂ ਆਪਣੀ ਕਿਤਨੀ ਫਿਲਾਸਫੀਆਂ ਸੁਣਾ ਲੇਕਿਨ ਇਹ ਆ ਕਿ ਇਨਸਾਨੀ ਹੋਣ ਬੜਾ ਕਸ਼ਿਸ਼ ਰੱਖਣਾ ਹਾਂ ਕੋਈ ਸ਼ੱਕ ਨਹੀਂ ਇਸ ਗੱਲ ਦਾ ਇਨਸਾਨੀ ਹੋਣ ਕੀ ਯੋਗ ਤੁਸੀਂ ਜਿਸ ਟਾਈਮ ਕਿਸੇ ਨਾਲ ਬਹਿਸ ਹੋ ਉੱਠੋ ਮੁਲਾਕਾਤ ਕਰਸੋ ਤਾਂ ਤੁਸੀਂ ਨਾ ਉਸ ਬੰਦੇ ਦਾ ਮੁਹੱਬਤ ਪੈਦਾ ਹੋ ਸੀ ਅੱਛਾ ਹੁਣ ਇੱਕ ਕਮਰੇ ਵਿੱਚ ਪੰਜ ਬੰਦੇ ਬੈਠੇ ਹੋ ਸੁਣ ਤੇ ਪੰਜਾਂ ਮੋਬਾਈਲ ਕੱਢੇ ਹੋ ਸੁਣ ਪੰਜਾਂ ਮੋਬਾਈਲ ਕੱਢੇ ਤਾਂ ਆਪਣੇ ਆਪਣੇ ਫੇਸਬੁੱਕਾਂ ਖੋਲੀਆਂ ਹੋ ਸੁਣ ਤਾਂ ਗੱਲ ਕਹਿ ਬੋਨੇ ਉਸਨੂੰ ਫਲਾਣੇ ਕਮੈਂਟ ਮਾਰਿਆ ਮੈਂ ਉਸਨੇ ਕਮੈਂਟ ਆ ਇਹ ਗੱਲ ਕੀਤੀ ਇਹ ਗੱਲ ਕੀਤੀ ਤੇ ਉਹ ਜਿਹੜੇ ਬਹਿਸ ਫਿਰ ਉਹਨਾਂ ਨੇ ਕਿਹਾ ਉਹ ਜ਼ੋਕ ਨਹੀਂ ਰਹਿਣਾ ਆਹ ਉਹ ਮਬੂਤ ਨਹੀਂ ਪੈਦਾ ਹੋਣੀ ਤਾਂ ਇੱਕ ਮਾੜੀ ਸੋ ਨਸੀਹਤ ਸਮਝੋ ਨਿੱਕੇ ਪ੍ਰਾਉਣੀ ਅਰਜ਼ ਸਮਝੋ ਅੱਛਾ ਇਹ ਕੰਮ ਕਰਨਾ ਚਾਹੀਦਾ ਕਿ ਜਿਲੇ ਵੀ ਆਪਣੇ ਯਾਰਾਂ ਦੋਸਤਾਂ ਵਿੱਚ ਵੀ ਹੋ ਨਾ ਆਪਣੇ ਮੋਬਾਈਲ ਜੇਬਾਂ 'ਚ ਰੱਖੋ ਮੋਬਾਈਲ ਜੇਬਾਂ 'ਚ ਅਸਾਂ ਰੱਖਾਂ ਤਾਂ ਵੀਡੀਓ ਕਿਧਰ ਬਣਾ ਜੀ ਇਹ ਤਾਂ ਚਲੋ ਸਮਝੋ ਅੱਛਾ ਇਹ ਵੀ ਇੱਕ ਫਨ ਨਜ਼ਰੀਆ ਹੈ ਨਾ ਜੀ 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 ਇਹ ਵੀ ਸਾੜੀ ਮੈਂ ਤੁਹਾਨੂੰ ਦੋਏ ਗੱਬ ਮਾਰਨੇ ਆਪਸ ਵਿੱਚ ਹਾਂ ਇਸ ਕੀ ਰਿਕਾਰਡ ਕਰਨੇ ਆ ਇੱਥੇ ਪੂਰਾ ਬਿਆਨ ਛੱਡ ਜੀ ਕਰਨੇ ਆ ਇੱਥੇ ਪੂਰਾ ਬਈ ਹੈ ਨਾ ਮੈਨੇ ਨਾ ਜੀ ਤੁਸੀਂ ਪਤਾ ਕੀ ਹੈ ਕਿ ਅਭੀ ਉਸ ਨਹੀਂ ਸੈਟੂ ਪੁੱਛਣਾ ਜ਼ਰੂਰੀ ਅਗਲੀ ਗੱਲ ਮੈਂ ਵੀਡੀਓ ਨਾ ਬਾਈ ਸਕਦੀ ਹੁਣ ਅਗਲੀ ਮਾਮਲਾਤ ਇਹ ਕਿ ਹੁਣ ਅਸਾਂ ਜੁਲਨੇ ਆ ਉੱਥੇ ਪੁੱਛੀ ਨਾ ਭਾਈ ਸ਼ਾਮਰੋਂ ਕੋਲ ਪੁੱਛ ਤੇ ਫਿਰ ਸਾਂ ਨਾਲ ਮਜ਼ੀਦ ਉਹਨਾਂ ਕੀ ਵਿਚਾਰ ਸਾਂ ਕੈਮਰੇ ਨੇ ਰਿਕਾਰਡ ਕੀਤਾ ਆਈ ਉਹ ਵੀ ਕੋਈ ਆਪਣੀਆਂ ਦੁੱਖੀਆਂ ਸੁਖੀਆਂ ਬਾਸ ਹਾਂ ਕੋਈ ਸ਼ੇਰ ਸਨਾਸਨ ਪਠਵਾਰੀ ਨੇ ਸ਼ੇਰ ਉਹਨੇ ਬੋਸ਼ ਨੇ ਹਾਂ ਕੋਈ ਸਨਾਸਨ ਤੱਕ ਪਰਾ ਗੁਰਸਾਂ ਸਪਾਉਂਡਰ ਲੱਭੀ ਗਏ ਜ਼ੈਗਮ ਸਾਹਿਬ ਨੇ ਉਸ ਸਪਾਉਂਡਰ ਕੀ ਬਲਾਸ ਹੋਣ ਜੀ ਸਾਂ ਸਪਾਉਂਡਰ ਲੱਭੀ ਗਏ ਤਾਂ ਫਿਰ ਕੰਮ ਮੈਂ ਬਹੁਤ ਅੱਛਾ ਹੋ ਜੇ ਸੀ ਹੁਣ ਜਨਾਬ ਮੈਂ ਮੋਤਰ ਮੌਸਮ ਪਹੁੰਚੀ ਆਇਆ ਜੀ ਜਿਸ ਬੰਦੇ ਨਾਲ ਮਿਲਣੇ ਤਾਂ ਆਏ ਸੀ ਦੁਬਈ ਥੀ ਆਏ ਸੀ ਇਸਰੇ ਮਸੇਰ ਹੋਰੂ ਜਿਹਨਾਂ ਕੀ ਵੈਲਕਮ ਕਰ ਰਹੇ ਸੀ ਤਾਂ ਮੈਂ ਏਅਰਪੋਰਟ ਪੂਰੀ ਗਿਆ ਸਾਂ ਤੁਸੀਂ ਵੀਡੀਓ ਦਾ ਤੱਕੀ ਸੀ ਵਾ
उन्होंने को पुछी आए नाल यावर साहब भी पुछी आए इन्हों का उधर गेम करी छोड़ी सी सर नालू उस तरह तो नशे आए लेकिन आके दो बजे असें मिस कॉल मारने से मैं किसी चाहिए जलो कुन चाहिए आए नी तो हूँ आके पुछी आए तो मसेर और भी अज तक मौजूद है तो मसेर जी सुनाओ दुबई ने कैसा एक्सपीरियंस रहा सोना भाई जी आखने उन्हें चिड़ी चिड़ी की गंडे पर सो खशना अच्छा तो दुबई ने सफर बेहतरीन रहा दूसरी दफा ना सा मतलब माजरत ਉਹਨੂੰ ਇੱਕ ਆਈਫੋਨ ਇੱਥੇ ਪੋੜਿਆ ਸਾ ਤਾਂ ਫੋਟੋ ਛਿਕਿਆ ਸਨੇ ਉਹਨੂੰ ਆਈਫੋਨ ਇੱਕ ਸਨ ਆਈਫੋਨ ਇਸਾ ਦੇ ਰਿਆ ਕਿ ਜਿਸ ਤਰ੍ਹਾਂ ਤੁਸੀਂ ਆਈਫੋਨ ਵਾਦਾ ਮੈਂ ਛਿਕੀ ਤੇ ਫੋਟੋ ਚਾ ਫੇਸਬੁੱਕ ਉੱਪਰ ਲਾਈ ਹੋਣਾ ਕਿ ਸੋਸ਼ਲ ਮੀਡੀਆ ਸਮਤ ਆ ਬੰਦਾ ਆਪਣੀ ਮਸ਼ਹੂਰੀ ਕਰਨਾ ਮਾਮਲਾ ਤੇ ਸੇ ਬਰ ਡਿੰਡਰਾ ਜਿਸ ਤਰ੍ਹਾਂ ਬਾਹਰੋਂ ਐਸਾ ਤਰ੍ਹਾਂ ਅੰਦਰੋਂ ਆ ਬਹੁਤ ਅੱਛਾ ਇਨਸਾਨ ਆ ਅਜਾ ਤੱਕ ਉਸਾ ਤਰ੍ਹਾਂ ਬਚਪਨ ਦਾ ਸੰਗੀ ਔਰ ਉਸਾ ਤਰ੍ਹਾਂ ਉਸਾ ਤਰ੍ਹਾਂ ਉਸਾ ਤਰ੍ਹਾਂ ਸਲੀਪਰ ਲਾਏ ਹੋਣੇ ਲੰਬੇ ਜੇਬ ਤੋਂ ਫੱਟੀ ਜੇਬ ਫੱਟੀ ਕੱਪੜੇ ਉਸਨੇ ਪਹੁੰਚੀ ਪੈਰਾਂ ਹੇਠੋਂਨੇ ਬਾਹਾਂ ਖੁੱਲੀਆਂ ਹੋਣੀਆਂ ਦੁਬਈ ਪਹੁੰਚੀ ਗਿਆ ਬੰਦਾ ਇੰਟਰਨੈਸ਼ਨਲ ਸਿਟੀ ਵਿੱਚ ਆ ਲੇਕਿਨ ਇਨਸਾਨ ਨਹੀਂ ਬਣਿਆ ऐसी जगह पूरा जी बहुत ही एहसास और बहुत ही वीवीआईपी जगह एयरपोर्ट इतने दुनिया पूरी ट्रैवल करनी लेकिन उसमें स्टील कंडीशन हुआ है कोशिश जरूर की लेकिन नहीं सीखन हुई सीखनी चाहिए यूरोप यूरोप इंग्लैंड कपड़े इस्त्री करो छानी होनी जानी होनी बस गल सारी।